गल सुन ला मेरी बंदिया को, जे ता घर बसाउणा मैनू रखणा गा आपदे तां 4.5 किले चुप करके मेरे ना करा दे, ते नहीं फिर मैं ता रहना नहीं हैगा, मैं ता सीधा तलाक लूंगी। तेरी हद होई पई है यार, 4.5 किले तेरे नाम किवें करवाना होणा। गल सुन कुड़े मेरी, ब्याह करूंगी तेरा मैं, मेरे 5 लगन 50 लगन, तू जाके हिस्सा मंडा उन्हां तों, साले नहीं लगदे हैगे। किवें कुड़ी मसोसी करी पई है, दे के इन्हां ने लांबे गाला है, चुप करके हिस्सा मनाला। उत्थे कहदी जज मूहरे भी मैनू हिस्सा चाहिए, मेरे तो कोई 10 पुत है नहीं गी। आजा ले, एवी ले आए मैनू, की करवाना सी तुसी मेरे तो, हजे मैं होर रह लैंदी उत्थे। ते जदों हुण फैमिली च इन्ना क्लेश वधिया पिया गा, कोई तां हल करने पऊ आपां नूं। आजा, हल थोड़ी भूआ दे कंडे बिजे होए आ, हुण हल करना पऊ। पहला नहीं देखदा सीगा थोनू, सारा दिन कच कच कर दिया, तू हुण उहदा बेचारे दा बंदा मरिया होया, उहदे क्यों ना सिर ते। जे बंदा मरिया ना तां ही इन्ने खेखण करदी हैगी, जे ओ हुंदा ना तां इहदे लक्षण क्यों करदी, घर बसाउंदी आपदा बंदे। चल यार तू टिक के बैठ जाना 2 मिंट, क्यों उथों दी भखी होई आ तू जदों दे आए हैगे। पखा ना क्लेश पा रखिया तुसी, मैनूं तां इह डर सी वी मेरे जवाब ते ना पे। काहदे वास्ते आप सिर च क्यों लड़ी आने तुसी। बहि जा बई, सत्सी काल। सत्सी काल। ऐ हुण क्लेश करके कोई हल नहीं होणा, हल तां आपां नूं करना पऊगा ना। मीत दीदी किथे आ? ओनू तां मैं हुण चढ़ा के आया बस ते। लै ਕਰ ਲੋ ਕਿ ਉਹਨੂੰ ਭਾਂਡਾ ਰਹਿੰਦਾ ਖੁੰਦਾ, ਮੈਨੂੰ ਉਹ ਤੇ ਮਾਨ ਸੀ, ਉਹ ਵੀ ਛੱਡ ਕੇ ਤੁਰ ਗਈ ਹੈਗੀ। ਉਹ ਛੱਡ ਕੇ ਨਹੀਂ ਗਈ ਹੈਗੀ, ਉਹਦੀ ਮਾਂ ਜ਼ਿਆਦਾ ਢਿੱਲੀ ਸੀਗੀ, ਉਹ ਜਦੋਂ ਹੁਣ ਉਹਨੂੰ ਪਤਾ ਲੱਗ ਗਿਆ ਵੀ ਤੂੰ ਆਈ ਜਾਂਦੀ ਹੈ, ਉਹ ਫਿਰ ਭੱਗ ਗਈ, ਕਹਿੰਦੀ ਚਲੋ ਆਈ ਤਾਂ ਜਾਂਦੀ ਹੈ। ਮੇਰੀ ਗੱਲ ਸੁਣ ਬਈ, ਹੁਣ ਕਿਵੇਂ ਹੱਲ ਕਰੀਏ? ਉਧਰੋਂ ਭੂਆ ਨੇ ਤਾਂ ਹੁਣ ਡੇਟ ਦੇ ਰੱਖੀ ਹੈ ਕਿ ਕੋਰਟ ਜਾਣਾ ਪਊਗਾ। ਕੋਰਟ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਯਾਰ, ਆਪਣਾ ਘਰ ਦਾ ਮਸਲਾ ਹੈਗਾ, ਜਾ ਕੇ ਭੂਆ ਨਾਲ ਆਪਾਂ ਗੱਲ ਕਰ ਲੈਂਦੇ ਹਾਂਗੇ। ਪਹਿਲਾਂ ਤੁਹਾਡੀ ਉਹਨੇ ਬਥੇਰਾ ਗੱਲ ਮੰਨ ਲਈ ਹੋਊਗੀ ਨਾ। ਉਹ ਐ ਨਹੀਂ ਹੁੰਦਾ ਹੈਗਾ ਭਾਬੀ, ਤੂੰ ਵੀ ਉਹੀ ਗੱਲਾਂ ਕਰੀਆਂ ਨੇ, ਆਪਾਂ ਲੜਨਾ ਥੋੜੀ ਹੈ, ਨਾਲੇ ਕੁੜੀ ਦਾ ਹਿੱਸਾ ਤਾਂ ਬਣਦਾ ਹੈ। ਉਹ ਤਾਂ ਜੇ ਤੁਸੀਂ ਉਹਦੇ ਨਾਲ ਕੀਤਾ ਹੀ ਇਹੋ ਜਿਹਾ ਕੁਛ, ਜਿਹੜਾ ਕੋਰਟ 'ਚ ਜਾਣਾ ਪੈ ਗਿਆ, ਨਹੀਂ ਜੀ ਕੀ ਲੋੜ ਸੀ ਜਾਣ ਦੀ। ਅਸੀਂ ਕਰਨ ਨੂੰ ਕਿਹੜਾ, ਉਹਦੇ ਹਾਰ ਪਾਤੇ ਹੈਗੇ, ਜਿਹੋ ਜਿਹੋ ਸਾਡੇ ਨਾਲ ਕਰਦੀ ਆ ਉਹੀ ਜਿਹਾ ਕਰਾ ਲੈਂਦੀ ਆ ਆਪਦੇ ਨਾਲ। ਨਹੀਂ ਉਹ ਤਾਂ ਉਹਦੇ ਸਿਰ ਤੇ ਕੋਈ ਬੰਦਾ ਹੈ ਨਹੀਂ ਗਾ, ਚੱਲ ਜਿਹੋ ਜਿਹਾ ਕੁਛ ਬਣਦਾ ਉਹਦਾ ਭਾਈ ਆਪਾਂ ਦੇ ਦਿੰਦੇ ਆ ਕੋਰਟ ਕਚਹਿਰੀ, ਕਾਹਨੂੰ ਬੇਇੱਜ਼ਤੀ ਤਾਂ ਆਪਣੀ ਹੋਈ ਆ ਨਾ। ਸਾਰਾ ਕੁਝ ਮੈਂ ਤੈਨੂੰ ਫੋਨ ਕੀਤਾ ਸੀ, ਮੈਂ ਕਿਹਾ ਕੋਈ ਨਾ ਕੰਮ ਤਾਂ ਫੇਰ ਹੁੰਦੇ ਰਹਿਣਗੇ, ਤੂੰ ਆ ਜਾ ਤੇ ਤੂੰ ਵੀ ਦੇਖ, ਇੱਕ ਤਾਂ ਤੂੰ ਊਂ ਢਿੱਲੀ ਰਹਿਨੀ ਆ, ਦਿਨ ਵੀ ਦੇਖ ਲੈ ਕਿਸੇ ਚ ਚੱਲੀ ਜਾਂਦੇ, ਤੂੰ ਤਾਂ ਗੁੱਸਾ ਕਰਿਆ ਹੀ ਨਾ ਕਰ ਮਾੜੀ ਮਾੜੀ ਗੱਲ ਦਾ। ਬਾਈ ਮੈਂ ਤੈਨੂੰ ਬਥੇਰਾ ਸਮਝਾਇਆ ਸੀ ਵੀ ਮੈਨੂੰ ਤੂੰ ਨਾ ਲੈ ਕੇ ਜਾ, ਮੈਂ ਹਜੇ ਹੋਰ ਰਹਿ ਲੈਂਦੀ ਉੱਥੇ 1-2 ਮਹੀਨੇ, ਮੰਨਿਆ ਹੀ ਨਹੀਂ ਹੈਗਾ। ਹਾਲਾਤ ਹੀ ਇਹੋ ਜਿਹੇ ਹੋਏ ਪਏ ਆ, ਕੀ ਪਤਾ ਕਿੱਥੇ ਲੋੜ ਪੈ ਜਾਂਦੀ ਹੈ ਕਿ ਚੱਲ ਕੋਈ ਨਹੀਂ ਘਰ 'ਚ ਲੋੜ ਪੈਂਦੀ ਰਹਿੰਦੀ ਹੈਗੀ। ਮੇਰੇ ਮਾਂ ਪਿਓ ਨੇ ਤਾਂ ਬਲਾਈ ਕਲੇਸ਼ ਕੀਤਾ ਵੀ ਤੂੰ ਆ ਬਰੋ ਵਰੀ ਦੇ ਦਿਨਾਂ 'ਚ ਕਿਉਂ ਜਾਨੀ ਹੈਗੀ, ਪਰ ਮੈਂ ਕੀ ਕਰਦੀ, ਆਉਣਾ ਪਿਆ ਤੁਹਾਡੇ ਸਾਰਿਆਂ ਦੇ। ਕੋਈ ਨਹੀਂ ਫਿਰ, ਇਹ ਕਿਹੜਾ ਆਪਦਾ ਘਰ ਹੈਗਾ, ਇਹ ਕਿਹੜਾ ਕੋਈ ਬਗਾਨਾ ਹੈਗਾ, ਐਡੀ ਕੀ ਗੱਲ ਹੈਗੀ। ਆਪਦਾ ਘਰ ਆ ਦੱਸ, ਨਾਲੇ ਮੈਂ ਤਾਂ ਐਂ ਕਹਿੰਦਾ ਸੀ ਹੁਣ ਮੀਤ ਤਾਂ ਹੈ ਨਹੀਂ, ਆਪਾਂ 3 ਜਣੇ ਚੱਲ ਪਾਂਗੇ ਉੱਥੇ, ਠੀਕ ਆ, ਕੋਈ ਹੱਲ ਤਾਂ ਕਰਨਾ ਪਊਗਾ। ਨਹੀਂ ਮੈਂ ਤਾਂ ਐਂ ਕਹਿਣਾ ਕਿ ਜਿਹੜਾ ਤੂੰ ਕੋਰਟ ਕਚਹਿਰੀ ਵਾਲੀ ਗੱਲ ਕਰਦਾ, ਕੋਰਟ ਕਚਹਿਰੀ ਕਾਹਦੇ ਵਾਸਤੇ ਜਾਣਾ ਆਪਾਂ? ਉਹੀ ਗੱਲ ਮੈਂ ਕਰੀ ਆ ਨਾ ਵੀ ਆਪਾਂ ਭੂਆ ਕੇ ਪਿੰਡ ਚੱਲ ਪੈਂਦੇ ਆ, ਮੈਂ ਤਾਂ ਹੀ ਰਹਿ ਕਰਨ ਵਾਸਤੇ, ਜਾਣ ਨੂੰ ਤਾਂ ਮੈਂ ਇਕੱਲਾ ਵੀ ਜਾ ਆਉਂਦਾ, ਪਰ ਮੈਂ ਤੁਹਾਡੀ ਸਲਾਹ ਲੈਣੀ ਸੀ। ਕੱਲ ਨੂੰ ਇਹ ਨਾ ਤੁਸੀਂ ਕਹੋ ਨਾ ਦੇਖੋ ਹਿੱਸਾ ਤੇਰਾ ਵੀ ਇਸ ਘਰ 'ਚ ਓਨਾ, ਮੇਰਾ ਵੀ ਓਨਾ ਹੀ ਹੈ। ਤੁਹਾਡੇ ਮਨ 'ਚ ਕੋਈ ਇਹੋ ਜਿਹੀ ਗੱਲ ਨਾ ਰਹਿ ਜਾਇਓ, ਆਪਦਾ ਦੋਨਾਂ ਮੀਆਂ ਬੀਬੀ ਸੋਚ ਵਿਚਾਰ ਕਰ ਲਿਓ, ਉਦੋਂ ਬਾਅਦ ਜਿਵੇਂ ਤੁਹਾਨੂੰ ਲੋਟ ਲੱਗਿਆ ਫਿਰ ਵਗ ਜਾਗੇ। ਤੇ ਮੈਂ ਤਾਂ ਐਂ ਕਹਿੰਦਾ ਦੇਖੋ ਹੁਣ ਨਾ ਤਾਂ ਉਹਦੀ ਉਮਰ ਇਹੋ ਜਿਹੀ ਹੈ ਵੀ ਕਿਤੇ ਵਿਆਹ ਕਰਦੀ ਹੈ, ਨਾ ਹੀ ਕੋਈ ਇਹੋ ਜਿਹਾ ਆਪਾਂ ਨੂੰ ਮੁੰਡਾ ਮਿਲੂਗਾ, ਜਿਹੜਾ ਹਿੱਸਾ ਬਣਦਾ ਦੇ ਦਾਂਗੇ। ਨਹੀਂ ਸੋਚ ਵਿਚਾਰ ਤਾਂ ਕੀ ਕਰਨੀ ਆ, ਆਪਾਂ ਭੂਆ ਕੋਲੇ ਚੱਲਦੇ ਆਂ, ਜਿਹੜਾ ਕੋਈ ਬਣਦਾ ਮਾਣਾ ਮੋਟਾ ਆਪਾਂ ਦੇ ਕੇ ਨਿਬੇੜ ਦਿਆਂਗੇ। ਮੇਰੀ ਗੱਲ ਸੁਣ ਲਓ ਬਾਈ, ਮੇਰਾ ਤਾਂ ਉਹਦੇ ਕੋਲ ਜਾਣ ਨੂੰ ਮਨ ਨਹੀਂ ਕਰਦਾ ਹੈਗਾ, ਤੁਸੀਂ ਵਗ ਜਾਓ, ਮੇਰਾ ਤਾਂ ਉਹਦੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ, ਮੈਨੂੰ ਤਾਂ ਬਲਾਈ ਚੰਦਰੀ ਲੱਗਦੀ ਆ ਉਹ। ਓਹੋ ਐ ਨਹੀਂ ਗੱਲਾਂ ਕਰਦੇ ਹੁੰਦੇ ਹੈਗੇ, ਮੇਰੀ ਗੱਲ ਸੁਣ ਲੈ, 9 ਕਿੱਲੇ ਹੈਗੇ, 3 ਕਿੱਲੇ ਉਹਨੂੰ ਦੇ ਦਾਂਗੇ ਜ਼ਮੀਨ ਤੇ, ਫਿਰ ਕਿੱਡੀ ਕੁ ਗੱਲ ਆ, ਬਾਕੀ ਕੋਈ ਗੱਲ ਨਹੀਂ। ਤਾਂ ਆਪਦੀ ਹੋਈ ਆ, ਭਾਣ ਤਾਂ ਸਾਡੀ ਆ, ਅੱਜ ਤੂੰ ਰਜਾਮੰਦੀ ਦੱਸਦੀ ਬਾਈ ਨੂੰ, ਜਿਵੇਂ ਹੋਊਗਾ ਆਪਾਂ ਉਸ ਤਰ੍ਹਾਂ ਫੈਸਲਾ ਕਰਾਂਗੇ, ਮੈਂ ਇਕੱਲਾ ਕੋਈ ਫੈਸਲਾ ਨਹੀਂ ਲੈਂਦਾ ਹੈਗਾ। ਜੇ ਆਪਦੀ ਆ ਤਾਂ ਸਾਰਾ ਕੁਝ ਉਹਦੇ ਨਾਂ ਥੋੜੀ ਕਰਾਉਣਾ, ਹੁਣ ਉਹ ਵਿਆਹੀ ਵਰੀ ਗਈ, ਕੁਵਾਰਿਆਂ ਦਾ ਹੱਕ ਹੁੰਦਾ, ਵਿਆਹ ਤੋਂ ਬਾਅਦ ਨਾ ਕੋਈ ਹੱਕ ਨਹੀਂ ਹੁੰਦਾ ਹੈਗਾ ਪੇਕਿਆਂ ਦੀ ਜਾਇਦਾਦ। ਸਾਨੂੰ ਤਾਂ ਇਹ ਆ ਕਿ ਚੱਲ ਸਹਾਰਾ ਹੋ ਜੂ ਉਹਦਾ, ਜਿਹੜਾ ਕੋਈ ਮਾੜਾ ਮੋਟਾ ਹੈਗਾ ਉਹਦੇ 'ਚੋਂ ਸਹਾਰਾ ਹੋ ਜੂ, ਐਡੀ ਕੀ ਗੱਲ ਹੈ। ਜੇ ਇੰਨੇ ਹੀ ਉਹਨੂੰ ਸਹਾਰੇ ਦਾ ਹੁੰਦਾ ਨਾ ਤਾਂ ਆਪਣੇ ਨਾ ਬੰਦਿਆਂ ਵਾਂਗੂ ਵਰਤਦੀ, ਇਹੋ ਜਿਹੇ ਲੱਛਣ ਨਾ ਕਰਦੀ, ਉਦੋਂ ਨਹੀਂ ਉਹਨੂੰ ਦੇਖਦਾ ਸੀਗਾ ਵੀ ਮੇਰੇ ਪੇਕੀ ਮੇਰੇ ਨਾਲ ਖੜਨਗੇ, ਕੋਈ ਬਗਾਨਾ ਬੰਦਾ ਨਹੀਂ ਖੜਦਾ। ਭਾਬੀ ਉਹ ਗੱਲਾਂ ਤਾਂ ਛੱਡ ਤੂੰ ਰਹਿਣ ਦੇ, ਮੈਂ ਤੈਨੂੰ ਐਂ ਕਹਿੰਦਾ ਸੀ ਵੀ ਹੁਣ ਜਿਹੜੇ ਉਹਦੇ 3 ਕਿੱਲੇ ਹਿੱਸੇ ਦਾ ਦੇ ਕੇ ਪਰਾਂ ਕਰਦੇ ਆ। ਕੋਈ ਨਾ ਰਾਇ ਕਰਕੇ ਦੱਸ ਦੂੰਗੀ ਉਹਨੂੰ, ਸਾਰਾ ਕੁਝ ਨਾ ਕਰਾ ਦੋ ਉਹਦੇ, ਹਜੇ ਮੇਰਾ ਕੋਈ ਮਨ ਨਹੀਂ ਹੈਗਾ, ਮੈਂ ਤਾਂ ਪਹਿਲੀ ਇਸ ਹਾਲਾਤ ਆ, ਆਪਦੇ ਪੇਕਿਆਂ ਨਾਲ ਰਾਇ ਕਰਕੇ ਦੱਸੂਗੀ ਤੁਹਾਨੂੰ, ਜਾਇਦਾਦ ਉਹਦੇ ਵਾਸਤੇ ਨਹੀਂ ਬਣਾਈ, ਮੇਰੇ ਪੇਕਿਆਂ ਨੇ ਤਾਂ ਜ਼ਮੀਨ ਕਰਕੇ ਰਿਸ਼ਤਾ ਕੀਤਾ ਸੀ।
सारे पैसे को जानगे ओदे कोले नहीं हुण घर दी गल आ घर च निबेड़दे आ जिहड़ा हिस्सा बणदा देख फिर मैनू कदे वास्ते इत्थे लैके आएगा मैं ता जे ओदे ना तू जमीन कराएगा ना मैं ता तलाक दूं मैं नहीं रहिंदी हैगी यार आ कोई गल हैगी बुढ़िया वाली ओही गल तेरी गल ता सुन ला चल यार इहनू तू छड्ड इहनां दा बुढ़िया दा चलदा गल अपनी आ परिवार च आ अपनी भैण आ ओदे सिर ते कुछ है नहीं गा आपां ऐ करदे आ तीन किले जिहड़े भी आउंदा हिस्से आउंदा वेख के कम निबेड़ नहीं नहीं मेरी एक गल होर सुन जमीन का हिस्सा तो आप देवे पर जेडे हिसाब नाल देखे एक तो यह बीमार है गांह जवाक नाल देना है इन प्यार नाल मना ला कोई गल नहीं एक बार आपके घरे कलेश ना करो मेहित नाल मैं यही गल की थी वह भी अही टुट के पई है गांह यह भी टुट के पई जाती है ए कोई गल का हल नहीं होना है तू बई बन के इन मना जो इन्हें हाँ करती उदू बाद चल के उत्थे भग जाएंगे भूआ को चल मैं एक बार राय करके देख लगा दस दा जी मन दे भी ठीक है तो नहीं आप फिर कोई और सिस्टम बनाने जमी भी लौट आया हैलो त्रिलोचन पाल हां वकील ला मेरी गल सुन ला कन्न खोल के तू पैसे पूसे की परवाह ना मन पैसा तो मैं पानी वांगू बहा दू पर मेरी भतीजी की जमीन ओ नौ लगनी चाहिए है हाँ नौ किले ने तीन जने ने तीन किले लवा दे नौ हाँ एक खुद नहीं छड़ना उन्होंने मेरे प्यो के सारियां हाँ कि मैं मेरी भतीजी कुट के इन्होंने घरों बहर कढ़ती एक मिनट होल्ड ना तू चौर दाड़ी आ ला के कन्न फोन बहर निकल जाना पहले तो आओ तेनों अगे धुप्पे मची जाते हैं है कोई पानी नहीं कोई धानी नहीं कोई कख नहीं कंडा नहीं आ मां तेरी बेचारे खड़ी हैगी पूरा पूरा कर दिया कर मैनू सुख के नहीं दिता होया सारा कुछ तड़की लग जानी तड़का ही शिखर दे पैरा होया पे उत्तों दुध पीण नू तां सारा टब्बर एक दूजे दे उत्तों दी डिग दे होंगे हां हां किधर करके आवां हुण इहनू किधर आवां ते तू केड़ा अन्ना एड्डा वेड़ा कि इत्थे मर्जी ला दे हां तैनू नहीं कहिंदी इधर कहिंदी सीगी हां ते कुड़ी वाला कंडा निकल जाना चाहिंदा अगर जमीन का हाँ पैसे पूछे की परवाह ना कर भावे मैं अपना आप क्यों ना बेचना पै जे हाँ चल ठीक है भूआ देखी तू तो मेरी छोटी जी हुंदी दा ना स्टाफ भी सामी बैठी है हाँ पुत हाँ 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 ते हुण तेरे बारी में गल करके हटी हाँ की वकील दे खिचे ने कन्न भी भाई मेरी भतीजी की जमीन है नौ लगनी चाहिए है हाँ भूआ वो तो मैनू पता मैं आए कहनी हाँ भी मैं ए गल नू जे तू ना बंटू वर्गे नू बुला के इत्थे निमेड़ दे मैं तो ना सारा दिन सोचा पंची च पई रहनी आ भी रब्बा आ केड़े राह तोरता तू सानू रब कोई नहीं किसी नू राह नू तोरदा जे ओ तेरे नाल मिठे प्यारे रहंदे हाय ते तू जमीन की चटनी सीगी हाय अगे जदों असीं ने जमीना वड़ाईआं तू भी ना वड़ाउंदी हुण जदों तां हिक ते मूंग दाल देने गे हाय हुण हिक ते दीवा बालना उहनां दे तू आए कहनी आ मैं तां लोकां ने ना सच ही कहा भी धी दे पेके मां प्यो नाल हुंदे आ पर भरावां नाल भी हुंदे आ जे भरा बरतन आले होण पेके तां ही सौंदे आ जदों भरजाइयां तां मैनूं मूंह नहीं बोलदियां फिर मैं भी कल्ले पेकियां पेकियां नूं किन्ना चिर सिर ते चक्की रखूंगी इक चित तां करदा भी हुणी तुरी जावां ते बिना वकीलां तों ना हिस्सा लै के मुड़े आवां भी खेती तां आपां आप ही वंडणी आ पर दूजा चित ना ऐ जे हो जांदा मना मेरा तां सदा लई मापे मर गए ते मेरे ते पेके मुक जाणगे जे ऐनी सोचदे हो काहनूं आ देण आउंदे हैं ਉਹ ਤਾਂ ਦੇਖ ਲੈ ਕਿਵੇਂ ਤੈਨੂੰ ਕੁੱਟ ਕੇ ਘਰੋਂ ਡੱਕਰਤਾ ਕੋਈ ਪਤਾ ਲੈਣ ਵੀ ਨਹੀਂ ਆਇਆ ਮੇਰੇ ਪਿਓ ਦਾ ਸਾਲਾ ਜਦੋਂ ਪਤਾ ਲੱਗ ਗਿਆ ਵੀ ਜ਼ਮੀਨ ਵਡਾਉਂਦੀ ਆ ਭੂਆ ਕਿਵੇਂ ਡੇ ਫੋਨ ਤੇ ਫੋਨ ਤੇ ਫੋਨ ਭੈਣ ਨਹੀਂ ਪਿਆਰੀ ਉਹਨਾਂ ਨੂੰ ਜ਼ਮੀਨ ਪਿਆਰੀ ਆ ਚੱਲ ਸਹੀ ਗੱਲ ਆ ਭੂਆ ਸਿਆਣਿਆਂ ਨੇ ਸੱਚ ਹੀ ਕਿਹਾ ਕਹਿੰਦੇ ਹੁੰਦੇ ਭੂਆਂ ਦੇ ਨਾਲ ਹੀ ਹੁੰਦਾ ਜਿਹੜਾ ਕੁਛ ਹੁੰਦਾ ਹਨਾ ਬਿਨਾਂ ਜਾਇਦਾਦ ਤੋਂ ਕੋਈ ਕਿਸੇ ਨੂੰ ਨਹੀਂ ਪੁੱਛਦਾ ਜੇ ਮੇਰੇ ਕੋਲੇ ਆਪਦਾ ਹਿੱਸਾ ਹੋਊਗਾ ਤੇ ਦੇਖੀ ਆਪੇ ਦੋਨੇ ਭਰਾ ਮੇਰੇ ਨਾਲ ਬਰਤਨ ਵੀ ਲੱਗ ਜਾਣਗੇ ਤੇ ਆਉਣ ਜਾਣ ਵੀ ਲੱਗ ਜਾਣਗੇ ਕੋਈ ਨਾ ਹੁਣ ਨਾ ਬਰਤਨ ਵਰਤੇਵੇਂ ਦੀ ਲੋੜ ਆ ਨਾ ਉਹਨਾਂ ਨਾਲ ਆਉਣ ਜਾਣ ਦੀ ਲੋੜ ਆ ਜਦ ਮੈਂ ਬੈਠੀ ਹੈਗੀ ਇੱਥੇ ਆਪੀ ਤੇਰਾ ਘਰ ਵਸਾਉਂਗੀ ਮੈਂ ਹਾਂ ਤੇ ਤੈਨੂੰ ਨਹੀਂ ਫੋਨ ਫਾਨ ਕਰਦੇ ਉਹ ਜ਼ਮੀਨ ਨੂੰ ਕਰਦੇ ਨੇਗੇ ਚੱਲ ਕੋਈ ਨਾ ਭੂਆ ਜਿਹੜਾ ਕਰਮਾਂ ਚ ਲਿਖਿਆ ਨਾ ਉਹ ਤਾਂ ਮੈਂ ਹਰ ਹਿੱਲੇ ਭੋਗਣੇ ਭੋਗਣਾ ਕੋਈ ਨਾ ਕਿਧਰ ਨਹੀਂ ਤੇਰੇ ਕਰਮਾਂ ਨੂੰ ਗੋਲੀ ਵੱਜੀ ਬਥੇਰਾ ਤੇਰੇ ਕਰਾ ਦੂੰਗੀ ਸਾਕ ਮੈਂ ਵਾ ਭੂਆ ਤੂੰ ਕਿੰਨੀਆਂ ਪੁਰਾਣੀਆਂ ਚੀਜ਼ਾਂ ਸਾਹਮਣੇ ਬੈਠੀਆਂ ਦੇਖੀ ਲੈ ਮੇਰਾ ਸਕਾਪ ਵੀ ਰੱਖੀ ਬੈਠੀਆਂ ਪੱਖੀਆਂ ਰੱਖੀ ਬੈਠੀਆਂ ਉਹਦੇ ਵਿੱਚ ਟੀਵੀ ਦਾ ਕਵਰ ਫਰਿੱਜ ਦਾ ਕਵਰ ਮਸ਼ੀਨ ਦਾ ਕਵਰ ਮੈਂ ਤਾਂ ਸਾਰਾ ਕੁਛ ਉਵੇਂ ਸਾਂਭਤਾ
मैं तो धीए कदे फर्क रखा नहीं तेन पता मेरे तो मुंडे ही मुंडे ने कुड़ी तो मेरे है नहीं मैं तो इन्होंने समझा सीगा भी यही मेरा सब कुछ ने पर जो आए सिख वाल आने ना तेन पता मेरे तो काल जा मच जाता ब्लड मेरे तो मिनट मिनट बद जाता भूआ ताई तो मैं तेन होर गली लाई सी मैं चल तेरा ध्यान ना भड़क के समान बनी बगजू भी हां मैं तो समान पुराना सामी रख दी मैं तेरा ध्यान भड़कानी तू फिर ब्लड बुला लैनी चल मैं पानी का गिलास लेके आनी लिया होर उन्होंने तो जेडी करनी सी भाई करती है एक दादे मंगाने ने सवेर की लाइट भजाई आ गई मेरे तो पखी झलदी झलदी हाथ भी दुखन लग गए आखिर छे जुंटा फ्री फलाना फ्री पालो बोटा इन्हों कोई जात नहीं पुछता है पहले तो जी जी कर फिर कोई मगर जात नहीं पुछता भैन का खास मन दे इन्हों ऐसी वोटा दे सड़ी ले की आ गई मैं मेरे आउंदी नूं तां मीत भी नहीं हैगी सी घरे घर जमा सुनना पिया सी इन्हां ने तो उही गल करनी सी ओह करती आ इहनूं कुछ चुड्डू नूं मैं कहा सी वी मैनूं रह पैण दे उत्थे रह पैण दे कानूं मन्निया गा इह हां कुड़ी दे नां जमीन कराउण नूं कहिंदे हैगे लै नौ तां किले आ वां जे तीन किले इहनूं बाई नहीं लै ले तीन कुड़ी दे नां कराते ते साडे कोले रह की जाऊगा तीन किल्यां नाल भावें किन्ना कु गुजारा हुंदा तूं आप सियाणी हैगी मैं तो बथेरा समझाया मेरी तो वह गल हो रही है कि मझ मूहरे बीन बजाउण दा की फायदा गा मैं तो टक्करा मार मार थक गई कानू मनदे आ दोने भाई ठीक है मां फिर मैं आई करूंगी चल ठीक है मैं बाद च गल करदी आ तेरे नाल किहदे नाल गल करी जांदी आ संदीप तैनू दस्या तो हैगा सीगा वी आपदी मां नाल गल करदी आ वी उहनां दी रह लऊंगी मैं सारा दिन क्यों भरिंडा छत्ते वगू भखी रही बारहों भी भटकती आई है तू घटो घट भरा बैठा से मेरा उत्थे तो तू शांति नाल गल कर लैंदी मैं किवें शांत हो जा जेड़ा कुछ तुसी मेरे नाल कीता ओह नहीं मैनूं शांत हो जाण दिंदा मेरा कालजा अग वांगू भड़कदा गा मैं की करां किहड़े पासे जावां कोई नहीं तू शांत रह जिवें तू कहेंगी कोई गल नहीं कर लांगे आपां सोच विचार करदे आं कोई गल नहीं जे तू मेरे मगर लगण वाला हुंदा ना तां मैनूं आ दिन काहनूं देखणे पैंदे कोई गल नहीं की पता लगता एक बार आया ना उत्थे भूआ कोले जाके गल तां करिए की पता अपने पक्ष की कोई गल होवे माड़ा मोटा दे लैके सर जे ओही भूआ पहला वाली हुण तेरे जाए नाल ज्यादे बदल जूगी जदों उहनूं पहला नहीं थोड़ा हेज आया ना हुण उहनूं कित्थों आजूगा लालचन तां एड्डी हैगी उह चमचा तां दे के राजी नहीं हैगी लै तां भावें लै ले किसे तों पहलां थोड़े आके कदे खड़ी हैगी उह तां लालच नूं की हैगा क्यों तूं थोड़ा आराम नाल तां गल करिया कर लालच नूं की गल कर लूगी अपना नाम तां साडे आ ना लालच नूं की कर लूगी जे कोई लै दे के माड़ा मोटा कोर्ट कचहरी जो खड़ा छुड़ता होया छुड़ा लांगे इस की गल हैगी ते आपां चलांगे कोई गल नहीं दोवें जणे चल चलांगे ते आपां उत्थे जाके गल करदे आं नाल वन टू लै जांगे जिहड़ी कोई गल होऊगी उत्थे बैठ के नबेड़ लांगे लै नबेड़न नूं की नबेड़ लोंगे हुण तां तुसीं दोने भाई रह बणाई जांदे सीगे वी तीन किले कुड़ी दे नां करा दिंदे आ हजे रह की गियागा आ घर वी उहदे नां करा दो ना उह तां हुण वड्डा भाई बैठा उहदे सामने कहणे ही आगे जदों गल चली जांदी आ भूआ ने उधरों बांह दे रखी हैगी हुण गल तां करनी पऊ ना जे ता घर बसाउणा मैनूं रखणा गा आपदे तां साढ़े चार किले चुप करके मेरे नां करा दे ਤੇ ਨਹੀਂ ਫਿਰ ਮੈਂ ਤਾਂ ਰਹਿਣਾ ਨਹੀਂ ਹੈਗਾ ਮੈਂ ਤਾਂ ਸਿੱਧਾ ਤਲਾਕ ਲਊਂਗੀ ਤੇ ਤੇਰੀ ਹੱਦ ਹੋਈ ਪਈ ਆ ਯਾਰ 4.5 ਕਿੱਲੇ ਤੇਰੇ ਨਾਮ ਕਿਵੇਂ ਕਰਵਾਦਾ ਹੁਣ ਅੱਗ ਲੱਗੀ ਦੇ ਵਿੱਚ ਹੈ ਵੀ ਆ ਮੇਰੇ ਨਾਮ ਜ਼ਮੀਨ ਅੱਛਾ ਆਪਦੀ ਭੈਣ ਤਾਂ ਤੈਨੂੰ ਜ਼ਰੂਰੀ ਹੋ ਗਈ ਤੇ ਮੈਂ ਤੈਨੂੰ ਜ਼ਰੂਰੀ ਨਹੀਂ ਹੈਗੀ ਆਪਦੀ ਭੈਣ ਨੂੰ ਕਿਵੇਂ ਕਹਤਾ ਮੈਂ ਤਾਂ ਜਾ ਕੇ 3 ਕਿੱਲੇ ਉਹਦੇ ਨਾਂ ਕਰਾਇਆ ਆਉਂਗਾ ਮੈਂ ਕੁਛ ਲੱਗਦੀ ਨਹੀਂ ਹੈਗੀ ਤੇਰੀ ਚੱਲ ਤੂੰ ਠੰਡ ਰੱਖ ਕੋਈ ਗੱਲ ਨਹੀਂ ਆਪਾਂ ਉੱਥੇ ਚੱਲਾਂਗੇ ਜਿਹੜਾ ਵੀ ਕੋਈ ਮੂੰਹ ਸਿਰ ਬਣਿਆ ਇੱਕ ਵਾਰੀ ਤੂੰ ਨਾਲ ਚੱਲ ਜੇ ਆ ਕੇ ਜਿਹੜਾ ਕੋਈ ਮੂੰਹ ਸਿਰ ਬਣਿਆ ਤੂੰ ਨਾਮ ਕਰਵਾ ਲਈ ਕਿਉਂ ਐਵੇਂ ਗੁੱਸੇ ਹੁੰਨੀ ਹੈਗੀ ਤੂੰ ਨਾਮ ਕਰਵਾ ਲਈ ਚੱਲ ਆਪਣੇ ਨਾਲ ਚੱਲੀ ਮੇਰੇ ਨਾਲ ਚੱਲੀ ਮੀਤ ਗਈ ਹੋਈ ਹੈਗੀ ਤੂੰ ਮੇਰੇ ਨਾਲ ਚੱਲਣ ਦਾ ਪ੍ਰੋਗਰਾਮ ਬਣਾ ਤੇ ਆਪਾਂ ਉੱਥੇ ਚੱਲਦੇ ਆ ਮੰਟੂ ਨੂੰ ਨਾਲ ਲੈ ਕੇ ਚੱਲਦੇ ਆਂਗੇ ਕੋਈ ਨਾ ਦੇਖਦੀ ਆਂਗੀ ਨਹੀਂ ਦੇਖਣਾ ਨਹੀਂਗਾ ਕੋਈ ਇੱਕ ਜਣੀ ਤਾਂ ਚਾਹੀਦੀ ਆ ਨਾ ਰਿਸ਼ਤੇਦਾਰੀ ਦੇ ਵਿੱਚ ਹੁਣ ਮੀਤ ਤਾਂ ਗਈ ਹੋਈ ਹੈਗੀ ਤੂੰ ਨਾਲ ਚੱਲਣਾਗਾ ਤੇ ਮੰਟੂ ਨੂੰ ਨਾਲ ਬੜੇ ਭਾਈ ਨਾਲ ਲੈ ਕੇ ਚੱਲਾਂਗੇ ਤਿੰਨੇ ਨੇ ਚੱਲਾਂਗੇ ਜਿਹੜਾ ਕੋਈ ਫੈਸਲਾ ਹੋਊਗਾ ਤੂੰ ਗੁੱਸੇ ਨਾ ਹੋਇਆ ਕਰ ਦਿਨ ਵੀ ਇਹੋ ਜਿਹੇ ਨੇ ਐਵੇਂ ਗਲਤ ਅਸਰ ਹੁੰਦਾਗਾ ਤੇ ਤੂੰ ਆਪਦਾ ਧਿਆਨ ਰੱਖਿਆ ਕਰ ਹੁਣ ਆ ਤੁਹਾਡੇ ਲੱਛਣਾਂ ਕਰਕੇ ਮੈਨੂੰ ਹੋਣਾ ਪੈਂਦਾ ਤਾਂ ਮੇਰਾ ਬਲੱਡ ਵੱਧਦਾ ਮੇਰਾ ਜੀ ਨਹੀਂ ਕਰਦਾ ਹੈਗਾਗਾ ਤੁਸੀਂ ਨੇ ਦੁਖੀ ਘਰ ਰੱਖਿਆ ਜਿੱਦਾਂ ਦੀ ਮੈਂ ਵਿਆਹ ਕੇ ਆਈ ਆ ਕਦੇ ਸੁੱਖ ਦਾ ਸਾਹ ਨਹੀਂ ਲੈ ਕੇ ਦੇਖਿਆਗਾ ਚੱਲ ਹੁਣ ਕੋਈ ਗੱਲ ਨਹੀਂ ਹੁਣ ਨਿਬੜ ਜੂਗਾ ਇਧਰੋਂ ਵੀ ਨਿਬੜ ਦਾਂਗੇ ਉਧਰੋਂ ਵੀ ਨਿਬੜ ਦਾਂਗੇ ਜਿਹੜਾ ਕੋਈ ਹਿੱਸੇ ਆਊਗਾ ਤੈਨੇ ਤੇਰੇ ਨਾਮ ਕਰਵਾ ਦੂੰਗਾ ਪਰ ਤੂੰ ਠੰਡ ਰੱਖਿਆ ਕਰ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਉੱਥੇ ਤੂੰ ਤਿਆਰ ਰਹੀ ਤੇ ਆਪਾਂ ਚੱਲਾਂਗੇ ਵਨ ਟੂ ਨਾਲ ਲੈ ਕੇ
आखे तैयार हो जा चाके मूं कहता जेड़ा तेरे हिस्से आऊगा हिस्से आने के तू 50 किले ले बैठा गा जो मेरे ना करा देगा तेन तो किले आ चाके मूं उही अभी भैन दे ना करा देगा ब्याह कादे वास्ते कराया सी जमीन नू रिश्ता कीता सी मेरे भरावा ने ता मैनू की पता सी गया वी थोड़े घरे आके मैनू आ रंग देखने पैणगे मैनू ता हुण पता लग गया कहंदे हुंदे आ ना विचोले दे आ ता गल्लां ही सी बह गया बेड़ा उहदा इहो जिहे घरे मेरे रिश्ता कराता की यार अज तां लेट हो गए सरपंच साहब का फोन लाइए नो भी नहीं लगता है यार नहीं तो पता यार हैरी बैठा ये नाल ही गल कर लिए हैरी आओ जी की हाल है भरा वधिया होर ठीक ठाक मैं तो ठीक है यार तेरे बापू का नंबर क्यों नहीं लगता है बापू तो तेन पता तो है जो सरपंच बनाएगा मसले नहीं लौट आते कद इधर कद उधर हूँ चंडीगढ़ गया होगा फिर अज तो मेरे नाल जाना सी उन्हें तेन भी टाइम दी बेटा और यार मैं नंबर ला ला हंब गया तो हूँ सरकारी काम सीगा कोई एस एच ओ साहब आए थे तो लेके चंडीगढ़ गए है यार साडे भी ना थोड़ा जहा रौला पिया पिया यार मैनू ऐसी नाल वगे ना तेरा बापू कोई हल हो जाता यार थोड़े का रौला गा वो यार बस ना साडी कुड़ी ने भूआ दे मगर लग के यार केस जा करता जमीन पिछे बस ओदा ही यार उड़ जा पिया मैं बुरा हाल है यार सोडा सारे पिंड च जलूस निकल ही जाता गा इतने सत्त च रोज गल चल दया ने रोज कुछ ना कुछ नवा सुन मिलता गा ਤੁਸੀਂ ਆਪਦਾ ਸਿਆਣੇ ਬਣੋ ਕਿਉਂ ਲੋਕਾਂ ਨੂੰ ਜਲੂਸ ਦਿਖਾਉਂਦੇ ਹੋਗੇ ਤੁਸੀਂ ਕੁੜੀ ਨਾਲ ਬਹਿ ਕੇ ਕੋਈ ਘਰੇ ਮਸਲਾ ਆਪਦਾ ਹੱਲ ਕਰੋ ਤੁਸੀਂ ਉਹਨੂੰ ਕੁੱਟ ਕੇ ਤੋੜਤਾ ਸਾਰੇ ਪਿੰਡ 'ਚ ਥੂ ਥੂ ਹੋਈ ਜਾਂਦੀ ਆ ਤੁਹਾਡੀ ਉਹ ਨਹੀਂ ਨਹੀਂ ਕੁੱਟਣ ਵਾਲੇ ਤਾਂ ਕੋਈ ਗੱਲ ਹੀ ਨਹੀਂ ਹੈਗੀ ਯਾਰ ਉਹ ਵੀ ਪਿੰਡ ਵਾਲੇ ਤਾਂ ਤੁਹਾਨੂੰ ਪਤਾ ਉਹ ਵੀ ਝੂਠ ਮਾਰੀ ਪਿੰਡ ਦੀਆਂ ਸਾਰੀਆਂ ਸੱਥਾਂ 'ਚ ਚੱਲਦੀ ਆ ਤੁਹਾਡੀ ਗੱਲ ਸਾਰੇ ਕਹੀ ਜਾਂਦੇ ਆ ਕਹਿੰਦੇ ਆ ਕਿ ਕੁੜੀ ਨਾਲ ਆ ਕੇ ਇਹਨਾਂ ਨੇ ਕੁੱਟ ਕੇ ਮਾੜਾ ਵਰਤਾਰਾ ਕਰਿਆ ਪਿੰਡ ਦਾ ਨਾਮ ਬਦਨਾਮ ਕਰੀ ਜਾਂਦੇ ਆਗੇ ਕਿ ਫਲਾਣੇ ਪਿੰਡ ਦੀ ਲੋਕ ਇਹੋ ਜਿਹੇ ਮਾੜੇ ਆ ਉਹ ਯਾਰ ਹੁਣ ਲੋਕਾਂ ਦਾ ਤਾਂ ਮੂੰਹ ਫੜ ਨਹੀਂ ਸਕਦੇ ਮੈਂ ਤਾਂ ਐਂ ਕਹਿੰਦਾ ਸੀ ਯਾਰ ਉਹ ਵੀ ਤੂੰ ਰੌਲੇ ਜਿਹੇ ਨਵੇੜਦਾ ਤੂੰ ਚੱਲ ਪਏ ਯਾਰ ਦੇਖ ਮੈਂ ਤਾਂ ਆਪਦੇ ਕਾਲਜ ਜਾਣਾ ਗਾ ਮੇਰੇ ਕੋਲ ਤਾਂ ਟਾਈਮ ਨਹੀਂ ਗਾ ਮੇਰਾ ਤਾਂ ਨਾਲ ਦੋਸਤ ਆਉਂਦਾ ਗਾ ਮਿੱਥੋਂ ਤਾਂ ਨਹੀਂ ਜਾਇਆ ਜਾਣਾ ਤੇ ਤੁਸੀਂ ਆਪਦਾ ਮਸਲਾ ਘਰੇ ਬਹਿ ਕੇ ਉਹ ਕਰ ਲਓ ਤੇ ਡੈਡੀ ਵੀ ਹੁਣ ਤੈਨੂੰ ਪਤਾ ਬਾਹਰ ਗਿਆ ਹੋਇਆ ਗਾ ਬਾਹਰ ਡੈਡੀ ਤੋਂ ਵੀ ਨਹੀਂ ਆਇਆ ਜਾਣਾ ਹੈਗਾ ਤੁਸੀਂ ਸਿਆਣੇ ਬਣੋ ਉਹ ਮੈਂ ਨਾ ਕੋਈ ਹੋਰ ਸਿਆਣਾ ਬੰਦਾ ਲੈ ਜਾਂਦਾ ਮੈਨੂੰ ਐਸ ਜਲ ਪਿੰਡ ਦਾ ਮੋਹਰਬਾਨ ਬੰਦਾ ਸਰਪੰਚ ਜਾਂਦਾ ਨਾਲ ਲੋੜ ਨਹੀਂ ਹੁਣ ਉਹੀ ਗੱਲ ਕਰ ਗਿਆ ਜਾਂ ਮੈਨੂੰ ਜਵਾਬ ਦੇ ਦਿੰਦੇ ਵੀ ਟਾਈਮ ਹੈ ਨਹੀਂ ਫਿਰ ਮੈਂ ਆਪਦਾ ਕੋਈ ਹੋਰ ਹੱਲ ਕਰ ਲਵਾਂ ਹੁਣ ਐਸ ਐਚ ਸਾਹਿਬ ਆਏ ਸੀਗੇ ਤਾਂ ਉਹਨਾਂ ਨਾਲ ਜਾ ਵੜਿਆ ਹੁਣ ਕੀ ਪਤਾ ਸੀਗਾ ਹੁਣ ਉਧਰ ਵੀ ਜਾਣਾ ਜ਼ਰੂਰੀ ਸੀਗਾ ਉਹਨੂੰ ਚਲ ਪਿੰਡ ਦੇ ਮਸਲੇ ਵਾਲੇ ਆ ਕੇ ਕੀ ਕਰਿਆ ਜਾਵੇ ਚਲ ਭਰਾ ਫਿਰ ਦੇਖਦੇ ਆ ਤੁਸੀਂ ਸਿਆਣੇ ਬਣੋ ਮੇਰਾ ਵੀਰ ਘਰੇ ਬਹਿ ਕੇ ਆਰਾਮਦਾਰੀ ਨਾਲ ਮਸਲਾ ਨਿਬੇੜੋ ਐਵੇਂ ਨਾ ਲੋਕਾਂ 'ਚ ਜਲੂਸ ਦਿਖਾਈ ਜਾਓ ਲੋਕ ਤਾਂ ਸਵਾਦ ਲੈਣ ਦੇ ਮਾਰੇ 100 ਗੱਲਾਂ ਬਣਾਉਂਦੇ ਆਗੇ ਕੁਛ ਗੱਲ ਹੁੰਦੀ ਆ ਕੁਛ ਲੋਕ ਬਣਾ ਦਿੰਦੇ ਪੈਰ ਲਾ ਦਿੰਦੇ ਗੱਲ ਨੂੰ ਸਿਆਣੇ ਬਣੋ ਆ ਤਾਂ ਗੱਲ ਤੇਰੀ ਸਿਆਣੀ ਆ ਚਲ ਕੋਈ ਨਾ ਕਰਦੇ ਆ ਹੱਲ ਹਾਂ ਸਿਆਣੇ ਬਣੋ ਤੁਸੀਂ ਆਪਦਾ ਘਰੇ ਬਹਿ ਕੇ ਮਸਲਾ ਨਿਬੇੜੋ ਠੀਕ ਆ ਠੀਕ ਆ ਓਕੇ ਠੀਕ ਆ ਠੀਕ ਆ ਕਿਉਂ ਬਾਈ ਕਿੱਧਰ ਜਾ ਆਇਆ ਫਿਰ ਕਿੱਥੇ ਜਾ ਕੇ ਆਉਣਾ ਸਰਪੰਚ ਨੂੰ ਨਾਲ ਲੈ ਕੇ ਜਾਣਾ ਸੀ ਉਹਦੇ ਕੋਲ ਜਾ ਕੇ ਆਇਆ ਸੀਗਾ ਚਲ ਇਹ ਤਾਂ ਵਧੀਆ ਹੋ ਜਾਊਗਾ ਆਪਾਂ ਇਕੱਲੇ ਜਾਂਦੇ ਫਿਰ ਚੰਗੇ ਨਹੀਂ ਲੱਗਦੇ ਉਹ ਵਧੀਆ ਤਾਂ ਕੀ ਹੋ ਜਾਊਗਾ ਸਰਪੰਚ ਤਾਂ ਘਰੇ ਹੈ ਨਹੀਂ ਮੁੰਡਾ ਟੱਕਰਿਆ ਸੀ ਕਹਿੰਦਾ ਉਹ ਤਾਂ ਚੰਡੀਗੜ੍ਹ ਵਗ ਗਿਆ ਜਵਾਬ ਹੀ ਆ ਉਹ ਨਹੀਂ ਨਾਲ ਜਾਂਦੇ ਹੈਗੇ ਹੁਣ ਮੈਂ ਸੋਚੀ ਜਾਂਦਾ ਵੀ ਕਿਹਨੂੰ ਨਾਲ ਲੈ ਕੇ ਜਾਵਾਂ ਨਹੀਂ ਛੋਟੇ ਮੋਟੇ ਫੈਸਲੇ ਤਾਂ ਉਹ ਵੀ ਕਰਾਈ ਜਾਂਦਾ ਉਹਨੂੰ ਲੈ ਜਾਂਦੇ ਆ ਫਿਰ ਨਾਲ ਉਹ ਯਾਰ ਉਹੀ ਗੱਲ ਉਹ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਹਿੰਦਾ ਤੁਹਾਡਾ ਪਰਿਵਾਰ ਦਾ ਹੱਕ ਆ ਕਹਿੰਦਾ ਤੁਸੀਂ ਜਾਓ ਕੁੜੀ ਤੁਸੀਂ ਕਹਿੰਦਾ ਕੁੱਟ ਕੇ ਘਰੋਂ ਕੱਢਤੀ ਪਿੰਡੇ ਤਾਂ ਇਹੋ ਜਿਹੀਆਂ ਗੱਲਾਂ ਚੱਲੀ ਜਾਂਦੀਆਂ ਨੇ ਚਲ ਫਿਰ ਆਪਾਂ ਚੱਲ ਵੜਦੇ ਆਂ ਫਿਰ ਜਾਣਾ ਤਾਂ ਪਊਗਾ ਜੀ ਜਾਣਾ ਕਿ ਨਹੀਂ ਤੁਰੋਗੇ ਵੀ ਕਿ ਘਰੇ ਬੈਠੇ ਸਕੀਮਾਂ ਬਣਾਈ ਜਾਓਗੇ ਕਿੰਨਾ ਟਾਈਮ ਹੋ ਗਿਆ ਜਾ ਕੇ ਆਪਾਂ ਦੁਬਾਰਾ ਡਾਕਟਰ ਦੇ ਵੀ ਜਾ ਕੇ ਆਉਣਾ ਉਹਨੇ ਬੁਲਾਇਆ ਸੀ ਅੱਜ ਉਹ ਭਾਬੀ ਇਹ ਗੱਲਾਂ ਕਰੀਏ ਨਹੀਂ ਹੁਣ ਕੋਈ ਸਿਆਣਾ ਬੰਦਾ ਨਾਲ ਲੈ ਕੇ ਜਾਣਾ ਸੀਗਾ ਸਰਪੰਚ ਕੋਲ ਗਿਆ ਸੀਗਾ ਉਹਨੇ ਜਵਾਬ ਦਿੱਤਾ ਹੈ ਨਹੀਂ ਘਰੇ ਚੰਡੀਗੜ੍ਹ ਗਿਆ ਹੋਇਆ ਤੁਹਾਨੂੰ ਬਈ ਪਤਾ ਨਹੀਂ ਹੈਗਾ ਅੱਜ ਡਾਕਟਰ ਨੇ ਵੀ ਬੁਲਾਇਆ ਸੀਗਾ ਸਾਨੂੰ ਦੁਬਾਰਾ ਵੀ ਦਿਖਾ ਕੇ ਜਾਇਓ ਉਹ ਤਾਂ ਮੈਨੂੰ ਵੀ ਪਤਾ ਹੈ ਦੱਸਤਾ ਸੀ ਮੈਨੂੰ ਇਹਨੇ ਗਲਤਾ ਗੱਲ ਦੀ ਸੀ ਵੀ ਸਰਪੰਚ ਲੈ ਕੇ ਆਂਦਾ ਚਲ ਹੁਣ ਜੇ ਨਹੀਂ ਚਲ ਬਈ ਯਾਰ ਆਪਾਂ ਕਾਹਨੂੰ ਸਾਰੇ ਆਪਾਂ ਪਹਿਲਾਂ ਆਪਦੇ ਘਰੇ ਕਲੇਸ਼ ਪਾਈ ਬੈਠਾਂ ਲੋਕ ਗਲੀ 'ਚ ਥਾ ਥਾ ਤੇ ਥੂ ਥੂ ਹੋਈ ਪਈ ਆ ਆਪਾਂ ਚੱਲ ਗਏ ਆਪਾਂ ਮੀੜੀਏ ਪਹਿਲਾਂ ਤਾਂ ਹੋਰ ਯਾਰ ਮੈਨੂੰ ਤਾਂ ਇੰਨੀ ਟੈਨਸ਼ਨ ਸੱਥਾਂ 'ਚ ਗੱਲਾਂ ਹੁੰਦੀਆਂ ਨੇ ਆਖੇ ਕੁੜੀ ਘਰੋਂ ਕੁੱਟ ਕੇ ਭੇਜਤੀ ਤੇ ਸੱਥਾਂ ਤਾਂ ਦੂਰ ਦੀ ਗੱਲ ਹੈ ਜਦੋਂ ਆਪਣੇ ਘਰੀ ਜਲੂਸ ਨਿਕਲੀ ਜਾਂਦਾਗਾ ਤੇ ਹੋਊਗੀ ਇਹ ਤਾਂ ਹੁਣ ਜਲੂਸ ਕਿਹੜੇ ਮੈਂ ਕੱਢਦੀ ਹੈਗੀ ਜਲੂਸ ਤੁਸੀਂ ਕੱਢਦੇ ਹੋ ਚਲ ਕੋਈ ਨਹੀਂ ਮੈਂ ਰੋਲਾ ਪਾਈ ਹੁਣ ਤੂੰ ਵੀ ਬੜਾ ਬੋਲ ਮੈਂ ਚੱਲਣ ਨੂੰ ਕਿਹਾ ਕਿ ਚੱਲ ਬਈ ਆਪਾਂ ਦੇ ਫਿਰ ਇਹਨੂੰ ਵੀ ਦਵਾਈ ਦਵਾ ਲਈ ਮੰਡੀ ਚਲ ਆਪਾਂ ਪਹਿਲਾਂ ਭੂਆ ਕੋਲ ਜਾਈਏ ਅੱਜ ਇਹਨਾਂ ਨੇ ਕਿਵੇਂ ਮੂੰਹ ਜੇ ਚੱਕ ਲਿਆ ਇੱਧਰ ਨੂੰ ਹੈ ਕਿਵੇਂ ਹੇੜਾ ਬੰਨੀ ਆਉਂਦੇ ਨੇਗੇ ਹੁਣ ਤਾਂ ਆਪ ਹੀ ਭੂਆ ਦਾ ਘਰ ਦੇਖੋ ਜਦੋਂ 3 ਕਿੱਲਿਆਂ ਵਾਲੀ ਆ ਗਈ ਇੱਧਰ ਭੂਆ ਪੈਰੀ ਪੈਣਾ ਨਾ ਨਾ ਕੋਈ ਲੋੜ ਨਹੀਂ ਸਾਸਰੇ ਸੁਸਰੇ ਕਾਲ ਦੀ ਪੈਰੀ ਪੂਰੀ ਪੈਣ ਦੀ ਉਹ ਲੈ ਭੂਆ ਤੂੰ ਤਾਂ ਗੁੱਸੇ ਹੋ ਜਾਂਦੀ ਆਂ ਦੱਸ ਕਿਉਂ ਗੁੱਸੇ ਹੋਵਾਂ ਨਾ ਲੈ ਕਮਾਲ ਫੇਰ ਉਹੀ ਗੱਲਾਂ ਗੁੱਸਾ ਠੰਡਾ ਕਰੀਦਾ ਹੁੰਦਾ ਆਪਾਂ ਕਿਹੜਾ ਅਸੀਂ ਕਿਹੜਾ ਬਗਾਨੇ ਆ ਤੁਹਾਡੇ ਆਪਦੇ ਆ 3 ਕਿੱਲੇ ਚੁੱਪ ਕਰਕੇ ਮੇਰੀ ਭਤੀਜੀ ਦੇ ਨਾਲ ਲਵਾ ਦਿਓ ਆਪ ਹੀ ਮੇਰਾ ਗੁੱਸਾ ਠੰਡਾ ਹਾਂ ਓਹੋ ਉਹੀ ਗੱਲ ਕਰਨ ਤਾਂ ਭੂਆ ਤੇਰੇ ਕੋਲ ਆਏ ਆ ਤੂੰ ਐਵੇਂ ਕੋਰਟ ਕਚਹਿਰੀਆਂ 'ਚ ਹੋ ਗਈ ਸਾਨੂੰ ਊਂ ਫੋਨ ਕਰ ਲੈਂਦੇ ਸੀ ਕਿਹੜਾ ਭੱਜੇ ਸੀ ਕਿਤੋਂ ਅੱਛਾ ਫਿਰ ਤੁਸੀਂ ਊਂ ਦੇ ਦਿੰਦੇ ਹੈ ਓਹੋ ਅਸੀਂ ਜਵਾਬ ਕਦੋਂ ਦਿੱਤਾ ਜਵਾਬ ਨਾਲੇ ਹੋਰ ਅੱਜ ਕਿਵੇਂ ਆ ਗਏ ਊਂ ਤਾਂ ਤੁਸੀਂ ਕਿਸੇ ਦਿਨ ਪੁੱਛਿਆ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਹਾਂ ਬੈਠ ਤੀਏ ਇੱਥੇ
थले लगे हो आगे बोलन एडा डंडा लगे हुआ इन्होंने दूजी नहीं आई है कि आगी अज ओदी तो मां बीमार सी उथे बागी सी मां बीमार सी जे आपकी बहू की गल ना मनन हो जाके गुआढ़िया की मनन गे ਪਹਿਲਾਂ ਤਾਂ ਤੁਸੀਂ ਕੱਢੀ ਸੀ ਹੁਣ ਗਲ ਗੁੱਠਾ ਦੇ ਕੇ ਮਾਰ ਦੋ ਇਹਨੂੰ ਦੱਬ ਲੋ ਜ਼ਮੀਨਾਂ ਚੱਲ ਹਾਂ ਉੱਪਰ ਇੱਕ ਮਿੰਟ ਭੂਆ ਨਾਲ ਕੋਈ ਨਹੀਂ ਗੱਲ ਕਰਦੇ ਆਂਗੇ ਕੋਈ ਨਹੀਂ ਭੂਆ ਤਾਂ ਜਿਵੇਂ ਹੈਗੇ ਤੇ ਘਰ ਦੀ ਗੱਲ ਆ ਤੂੰ ਕਿਉਂ ਹੋਰ ਅਸੀਂ ਤਾਂ ਐਂ ਕਹਿੰਦੇ ਸੀ ਤੁਸੀਂ ਉਹ ਕੇਸ ਜਾਂ ਵਾਪਸ ਲੈ ਲਓ ਕੇਸ ਕੂਸ ਨਹੀਂ ਵਾਪਸ ਲੈਂਦੀ ਮੈਂ ਜ਼ਮੀਨ ਤਾਂ ਮੈਂ ਮੇਰੀ ਭਤੀਜੀ ਦੇ ਨਾਲ ਲਵਾ ਕੇ ਹਟੂ ਆਪੇ ਇਹਦਾ ਘਰ ਵਸਾਉਂਗੀ ਮੈਂ ਕਿੰਨਾ ਕੁ ਚਿਰ ਤੁਹਾਡੇ ਮੂੰਹਾਂ ਕੰਨੀ ਝੱਕ ਕੇ ਜਾਊਗੀ ਇਹ ਹੈ ਲੋਕ ਕਹਿ ਦਿੰਦੇ ਨੇ ਕੁੜੀਆਂ ਆਈਆਂ ਸੀ ਜ਼ਮੀਨਾਂ ਲੈ ਗਈਆਂ ਵਡਾ ਕੇ ਆ ਤੁਹਾਡੀਆਂ ਕਰਤੂਤਾਂ ਕਰਕੇ ਬਣਾਉਂਦੀਆਂ ਨੇਗੀਆਂ ਹਾਂ ਕੁੜੀਆਂ ਦੇ ਸਿਰ ਨਹੀਂ ਭਵੇਂ ਹੈਗੇ ਵੀ ਜ਼ਮੀਨਾਂ ਵੰਡਾ ਕੇ ਲਿਜਾਣ ਇਹਨੂੰ ਪੁੱਛ ਲੈ ਜੇ ਇਹਨੂੰ ਅਸੀਂ ਕਦੇ ਉੱਚੀ ਗੱਲ ਵੀ ਕੀਤੀ ਹੋਵੇ ਇਹ ਤਾਂ ਬੁੱਝ ਆ ਗਈ ਇਹ ਕੀ ਬੋਲੂ ਇਹ ਤਾਂ ਬੁੱਝ ਆ ਗਈ ਬੁੱਝ ਵੱਜ ਕੋਈ ਨਹੀਂ ਹੈਗੀ ਇਹ ਜਿੰਨੀ ਇਹ ਤੇਜ਼ ਹੈ ਨਾ ਉਹਨਾਂ ਦਾ ਕੋਈ ਹੈ ਨਹੀਂ ਪਹਿਲਾਂ ਤਾਂ ਆਪਦਾ ਬੰਦਾ ਖਾ ਗਈ ਸਾਰਾ ਘਰ ਖਾ ਗਈ ਹੁਣ ਸਾਡਾ ਘਰ ਪੱਟਣ ਨੂੰ ਪੱਟੀ ਤੈਨੂੰ ਕੀ ਸਮਝਾ ਕੇ ਲੈ ਗਿਆ ਸੀ ਕਰੋ ਮੈਂ ਤੇਰਾ ਬਹੁਤ ਗੱਲਾਂ ਸਮਝਣੀਆਂ ਸਮਝਣਾ ਕਿ ਉੱਥੇ ਜਦੋਂ ਵੱਡਾ ਭਰਾ ਬੈਠਾ ਥੱਲੇ ਲੱਗਣ ਵਾਲੀ ਗੱਲ ਜੋ ਵੱਡਾ ਭਾਈ ਬੈਠਾ ਕੋਈ ਗੱਲ ਨਹੀਂ ਭੂਆ ਨਾਲ ਗੱਲ ਕਰੀ ਜਾਂਦੇ ਹੈਗੇ ਗੱਲ ਸੁਣ ਵੀ ਮੇਰੀ ਛੋਟ ਆ ਲੂਤਰਾ ਦੀ ਇੱਥੇ ਚਲੇ ਤੈਨੂੰ ਇਹ ਥੱਲੇ ਲਾਈ ਫਿਰਦੀ ਅੱਗੇ ਤੈਨੂੰ ਤਾਂ ਸਾਹ ਨਹੀਂ ਕੱਢਣ ਦਿੰਦੀ ਕੁੜੀ ਨੂੰ ਕੀ ਬੋਲਣ ਦਿੰਦੀ ਹੋਊਗੀ ਇਹ ਨਹੀਂ ਭੂਆ ਘਰ ਦੀ ਗੱਲ ਹੈਗੀ ਤੂੰ ਬਾਈ ਨਾਲ ਗੱਲ ਕਰਕੇ ਕੀ ਮੇਰਾ ਬੰਦਾ ਅਜੇ ਮੇਰੇ ਨਾਲ ਥੱਲੇ ਲੱਗੂ ਹੋਰ ਜਾ ਕੇ ਬਗਾਨੀਆਂ ਤੀ ਮੇਰੇ ਚੱਲ ਸੰਦੀਪ ਚੁੱਪ ਕਰ ਹੁਣ ਤੂੰ ਬਾਈ ਨੂੰ ਗੱਲ ਕਰਨ ਦੇ ਕੋਈ ਗੱਲ ਨਹੀਂ ਭੂਆ ਨਾਲ ਮਾੜਾ ਮੋਟਾ ਜਵਾਨ ਨੂੰ ਕੰਟਰੋਲ ਵੀ ਕਰ ਸਕਦੇ ਹੋ ਇੱਥੇ ਗੱਲ ਲੜਾਈ ਵਧਾਉਣ ਆਏ ਕਿ ਨਿਮੇੜਨ ਆਏ ਹੋ ਮੈਂ ਤਾਂ ਤੁਹਾਡੀ ਐ ਨਹੀਂ ਸਮ ਤੂੰ ਵੀ ਕੁਝ ਕਹਿ ਦਿਆ ਕਰ ਇਹਨੂੰ ਮਾੜੀ ਮੋਟੀ ਗੱਲ ਨਾ ਹੁਣ ਮੈਂ ਹਰਦੀਆਂ ਨੇ ਕਿਤੇ ਜਨਾਨੀਆਂ 'ਚ ਬੈਸਣਾ ਸੌਖੀ ਪਈ ਆ ਗੱਲ ਕਿਤੇ ਤੂੰ ਚੁੱਪ ਕਰ ਜਾ ਕਮੈਂਟ ਮੈਨੂੰ ਭੱਜ ਕੇ ਪੈ ਜਾਂਦੇ ਹੋ ਸਾਰੇ ਚੱਲ ਬਾਈ ਤੂੰ ਗੱਲ ਕਰਕੇ ਕਿਹੜੀ ਗੱਲ ਕਰਨਾ ਪਿਆ ਆਇਆ ਹੁਣ ਮੇੜ ਮੈਂ ਤਾਂ ਐ ਕਹਿੰਦਾ ਸੀ ਭੂਆ ਹਾਂ ਤੇ ਦੇਖ ਗਗਨ ਭੈਣੇ ਤੈਨੂੰ ਕਦੇ ਕੁਛ ਕਿਹਾ ਹੋਵੇ ਤਾਂ ਉਹ ਤਾਂ ਦਾ ਸਾਨੂੰ ਕੁਛ ਕਹਿ ਸਕਦੀਆਂ ਹਾਂ ਜਿਹੜੇ ਤੇਰੇ ਹਿੱਸੇ ਦੇ 3 ਕਿੱਲੇ ਆ ਉਸੇ ਦੇਵਾਂਗੇ ਪਰ ਆ ਕੋਰਟ ਕਚਹਿਰੀਆਂ ਨਹੀਂ ਅਸੀਂ ਜਾ ਸਕਦੇ ਹੈਗੇ ਵੀਰੇ ਕੋਰਟ ਕਚਹਿਰੀਆਂ ਤਾਂ ਤੁਸੀਂ ਨਹੀਂ ਜਾ ਸਕਦੇ ਹਨਾ ਪਰ ਤੁਸੀਂ ਕਦੇ ਵੀ ਮੋੜ ਕੇ ਇਹ ਜਾਣ ਦੀ ਕੋਸ਼ਿਸ਼ ਕੀਤੀ ਆ ਵੀ ਸਾਡੀ ਭੈਣ ਦੁਖੀ ਕਿਉਂ ਭੂਆ ਕੋਲੇ ਕਿਉਂ ਰਹੀ ਹੈਗੀ ਆ ਚੁੱਪ ਚੁੱਪ ਸਾਰਾ ਦਿਨ ਕਿਉਂ ਰਹਿੰਦੀ ਹੈਗੀ ਕਿਉਂ ਕੰਮ ਵਾਸਤੇ ਕਹਿੰਦੀ ਸੀ ਕਿਉਂ ਅੱਡ ਰਹਿਣ ਵਾਸਤੇ ਕਹਿੰਦੀ ਸੀ ਮੈਂ ਤਾਂ ਨਾ ਭਾਬੀਆਂ ਤੋਂ ਤੰਗ ਆ ਕੇ ਅੱਡ ਹੋਣ ਨੂੰ ਕਹਿੰਦੀ ਸੀਗੀ ਸਾਰਾ ਦਿਨ ਹੀ ਮੈਨੂੰ ਮੇਰੇ ਬਾਤ ਬਸ ਮੇਰਤੀ ਰੋਣ ਨਾ ਤੇਰੀ ਭੂਆ ਜਿਉਂਦੀ ਆ ਮਰ ਨਹੀਂ ਗਈ ਹੈਗੀ ਹਲੇ ਮੈਂ ਮਰ ਜਾਵਾਂ ਕਿਤੇ ਕਹਿੰਦੇ ਆਪਦਾ ਬੰਦਾ ਖਾ ਗਿਆ ਕਿਤੇ ਮੈਨੂੰ ਕਹਿੰਦੇ ਆ ਬੇਭਾਗੀ ਕਿਤੇ ਕਹਿੰਦੇ ਆ ਸਾਡੇ ਪੱਥਰ ਲੱਗੇ ਕਰ ਪਤਾ ਉਹਦੇ ਪੇਕੇ ਕਿਉਂ ਹੋ ਗਈ ਸੀ ਕਹਿੰਦੀ ਜੇ ਕੋਈ ਮੇਰੇ ਜਵਾਕ ਹੋਇਆ ਕਹਿੰਦੀ ਮੇਰੇ ਜਵਾਕ ਨੂੰ ਕਹਿੰਦੀ ਪਹਿਲੇ ਹੀ ਖਾ ਜੂਗੀ ਨਹੀਂ ਮੈਂ ਮਰ ਜਾ ਨਹੀਂ ਬੇਭਾਗਾਂ ਨੇ ਮਾੜੇ ਮੱਥੇ ਵਾਲੀ ਜੀ ਹਾਂ ਖੇਖਣ ਕਰਦੀ ਆ ਤੁਹਾਡੇ ਸਾਹਮਣੇ ਸਭ ਕਰ ਕੁੱਤੇ ਦੀ ਮੈਂ ਜਾਣਦੀ ਆ ਆਪ ਨਹੀਂ ਰਹਿਣ ਦੇ ਢੰਗ ਨਹੀਂ ਹੈਗੇਗੇ ਜੇ ਬੁਰਕੀ ਲਾ ਕੇ ਖਾਂਦੀ ਤਾਂ ਅਸੀਂ ਰੋਟੀ ਦਿੰਦੇ ਮੂੰਹ ਤਾਂ ਸਾਰਾ ਕੰਮ ਕਰਦੇ ਹੁੰਦੇ ਸੀ ਮੈਂ ਕਦੇ ਮੂੰਹ ਉਹਨਾਂ ਨੂੰ ਬੋਲੀ ਨਹੀਂ ਸੀ ਕਰ ਪਰ ਇੱਕ ਮਿੰਟ ਖੜ ਜੇ ਮੇਰੀ ਗੱਲ ਮੂਹਰੇ ਆ ਤੂੰ ਕਹਿੰਦੀ ਬਹਿ ਕੇ ਰੋਟੀਆਂ ਖਾਣੀ ਸੀ ਇਹਦੇ ਹੱਥ ਤਾਂ ਦੇਖ ਕੁੜੀ ਦੇ ਕਿਵੇਂ ਹੈ ਨਾ ਇਹ ਤਾਂ ਦੱਸ ਕਰਨ ਗੋਹਾਂ ਸਿੱਟਦੀਆਂ ਨੇ ਉਹਨਾਂ ਦੇ ਹੱਥ ਨਹੀਂ ਹੁੰਦੇ ਹੈਗੇ ਤੇਰੇ ਹੱਥ ਦੇਖ ਲੈ ਕਿਵੇਂ ਜਿਵੇਂ ਹੁਣ ਸੱਜਰੀ ਬਹੀ ਵਿਆਹ ਕੇ ਲਿਆਂਦੀ ਹੋਵੇਂ ਜਿੰਨੀ ਮਰਜ਼ੀ ਹੁਣ ਗੱਲਾਂ ਵਧਾਈ ਚੱਲੋ ਬਾਈ ਨਵੇੜਾ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਕੋਟ ਕੋਈ ਨਾ ਸੀ ਇਹਨਾਂ ਨੂੰ ਘਰੇ ਦੋਨਾਂ ਨੂੰ ਸਮਝਾਵਾਂਗੇ ਹੁਣ ਤੂੰ ਐਂ ਦੱਸ ਦੇ ਭੂਆ ਵੀ ਕੇਸ ਵਾਪਸ ਲੈਣਾ ਕਿਵੇਂ ਕਰਨਾ ਹੋਰ ਮੈਂ ਕੇਸ ਵਾਪਸ ਨਹੀਂ ਲੈਂਦੀ ਨੀ ਜੀਵਤ ਦੇਖ ਕਿਵੇਂ ਕਈ ਚਮ ਗਲੂਤਰ ਲੂਤਰ ਚੱਲਦੀ ਹੈਗੀ ਚੱਲ ਇਹਨੂੰ ਤਾਂ ਸਮਝਾ ਲਾਂਗੇ ਭੂਆ ਮੇਰੀ ਗੱਲ ਸੁਣਾ ਸੀ ਵੀ ਤੇਰੇ ਭਤੀਜੇ ਕਿਉਂ ਸਾਨੂੰ ਰੋਲਦੀਆਂ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਵੀ ਮੈਂ ਬਾਈ ਇੱਥੇ ਆਉਣਾ ਨਹੀਂ ਹੈਗਾ ਇਹਨਾਂ ਦੇ ਮਤਲਬ ਨਾਮ ਦੀ ਫਿਰ ਨਾਮ ਦੀ ਅਸੀਂ ਜਿਹੜੀ ਚਿੱਠੀ ਪਾਈ ਸੀਗੀ ਜਾਂ ਤੇਰੇ ਪੈਰੀ ਚੁੰਨੀ ਧਰੀ ਸੀ ਵੀ ਆ ਜਾ ਚੱਲ ਕੋਈ ਨਾ ਭੂਆ ਚੱਲ ਤੂੰ ਹੁਣ ਚੁੱਪ ਕਰਕੇ ਬੈਠ ਇਹਨਾਂ ਦੇ ਕਿਹੜਾ ਮਾਂ ਪਿਓ ਨਹੀਂ ਹੈਗਾ ਨਾ ਕੁੜੀਆ ਤੂੰ ਵੀ ਕੋਈ ਗੱਲ ਨਹੀਂ ਨਾ ਬੋਲ ਨਾ ਮੇਰੇ ਮਾਂ ਪਿਓ ਤੱਕ ਕਿਉਂ ਜਾਨੀ ਆ ਰਹਿਣ ਦਾ ਲੱਖਣ ਤੈਨੂੰ ਆਪ ਨਹੀਂ ਹੈਗਾ ਜੇ ਇੰਨੇ ਚੱਜ ਦੀ ਹੁੰਦੀ ਨਾ ਤਾਂ ਦਾ ਘਰ ਨਾ ਵਸਾ ਲੈਂਦੀ ਕਿਉਂ ਪੱਟੇ ਆਪਦਾ ਘਰ ਚੱਲ ਸੰਦੀਪ ਤੂੰ ਚੁੱਪ ਕਰ ਜਾ ਚੱਲ ਕੁੜੀਆ ਤੂੰ ਵੀ ਚੁੱਪ ਕਰ ਬਾਹਰ ਨਾ ਪੱਟਣ ਹੁਣ ਇਹਨੇ ਉਹਨੂੰ ਕੁਝ ਦੇ ਕੇ ਮਾਰਤਾ ਵਿਆਹ ਤਾਂ ਬੂੜੇ ਨੇ ਨਾਲ ਦਿੱਤਾ ਸਾਡੇ ਭਾਗਾ ਦਾ ਕੁਝ ਦੇ ਕੇ ਮਾਰਿਆ ਹੋਊਗਾ ਹਾਂ ਸਾਡੇ ਨਾਲ ਇਹਨੇ ਕੱਟਿਆ ਚੁੱਪ ਕਰ ਜਾ ਸੰਦੀਪ ਕਿਉਂ ਇਹਨੂੰ ਤਾਂ ਲਿਆਉਣ ਦੀ ਲੋੜ ਨਹੀਂ ਜੇ ਕੰਮ ਬਣਦਾ ਵੀ ਹੁੰਦਾ ਨਾ ਮੈਂ ਜ਼ਮੀਨ ਲਵ ਕਹਿ ਵੀ ਦਿੰਦੀ ਇਹਨੂੰ ਵੀ ਧੀ ਤੂੰ ਆਪਦੇ ਘਰ ਰਾਜ ਕਰ ਹੁਣ ਤਾਂ ਜਮਾ ਹੀ ਨਹੀਂ ਕਹਿੰਦੀ ਇੱਥੇ ਹੀ ਰੱਖੂ ਇਹਨੂੰ ਕਿਵੇਂ ਤਾਂ ਘਰੋਂ ਕੱਢਣ ਵਾਲੇ ਕਾਰੇ ਪੈ ਨੇ ਜੀਵ ਕਿਵੇਂ ਚੱਲਦੇ ਸੌਕਣ ਦੀ ਸਰਪੰਚ ਨੂੰ ਇੱਕ ਅੱਧਾ ਦਿਨ ਰੁਕ ਕੇ ਆ ਜਾਂਦੇ ਆਪਾਂ ਇੱਥੇ ਬੈਠ ਕੇ ਨਵੇੜ ਹਾਂ ਪਰ ਹੁਣ ਮੈਨੂੰ ਕੀ ਪਤਾ ਤੁਸੀਂ ਇਹ ਗੱਲ ਵਧਾ ਦੋਗੇ ਹੁਣ ਤੁਹਾਡੀ ਮੁੱਕਦੀ ਗੱਲ ਭੂਆ ਦੱਸ ਦਿਓ ਕੀ ਚਾਹੁੰਦੇ ਤੁਸੀਂ ਅਸੀਂ ਤਾਂ ਉਵੇਂ ਕਰ ਲਾਂਗੇ ਵੀਰੇ ਭੂਆ ਤਾਂ ਕੁਛ ਨਹੀਂ ਚਾਹੁੰਦੀ ਵਿਚਾਰੀ ਐਵੇਂ ਭੂਆ ਨੇ ਕਿਹੜਾ ਜ਼ਮੀਨ ਲੈਣੀ ਆ ਜੈ ਨੇ ਸਾਰਾ ਹਿਸਾਬ ਰੱਖਣਾਗਾ ਭੂਆ ਤਾਂ ਇਹੀ ਚਾਹੁੰਦੀ ਸੀ ਵੀ ਤੇਰੇ ਭਰਾਵਾਂ ਦੀ ਅੱਖਾਂ ਖੁੱਲ ਜਾਣ ਤੇ ਉਹ ਤੇਰੇ ਨਾਲ ਵਰਤਨ ਲੱਗ ਜਾਣ ਤੇ ਤੇਰੀ ਭਰਜਾਈਆਂ ਨੂੰ ਸੁਰਤ ਆ ਜੇ ਵੀ ਜੇ ਸਾਡੀਆਂ ਭਰਜਾਈਆਂ ਸਾਡੀਆਂ ਮਾਵਾਂ ਨਾ ਆਏ ਕਰਨ ਤੇ ਅਸੀਂ ਵੀ ਬਗਾਨੀਆਂ ਤੀਆਂ ਪਰ ਇਹਨਾਂ ਨੇ ਤੇ ਕਦੇ ਇਹ ਗੱਲ ਸੋਚੀ ਨਹੀਂ ਇੰਨਾ ਰੋਲਾ ਪੈ ਗਿਆ ਹੁਣ ਤੁਹਾਨੂੰ ਆਪ ਨੂੰ ਸੁਰਤ ਆਉਣੀ ਚਾਹੀਦੀ ਆ ਪਰ ਇਹ ਵਿਚਾਰੇ ਕੀ ਬੋਲਣ ਜਦੋਂ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਤੇ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਸੋਡੇ ਵਰਗਿਆਂ ਨੇ ਕਦੇ ਵੀ ਦੱਸਿਆਗਾ ਵੀ ਹਾਂ
डंडी फड़ो तुरदे लगो इतो मैं कुड़ी तोर दी नी अज मैं कुड़ी थोड़े नाल तोरती जे सोनू देख के दस करा कुड़ियां नू होर कढ़णगे घरों कुट के है ते निकलियां दे ना उहनू इहनू जिहनू मर्जी विआह के लै जे इहनू तां है तित्तर फंगियां बाजो तुरदे लगो मैं नजर ना आओ चल नी तुरदी लग मैं कहा सी भई हां जाला हुण कोर्ट च जाना पऊगा फिर ही गल होऊगी हां तुहानू हटदे हो तुसी क्यों बैठ जांदे हो उहनां दे नाम मत्थे लगो तुहानू बड़ा चाह से आउदी भूआ नू मिलण तू आपदा भाग वाला मत्था ना आपदे कोले रख आपदा मत्था जा दे हां ते तैनू की लोड़ सी कहण कहण गल्लां जियां करन दी तू मैं बैठी हैंगी इत्थे आके भूआ जिवें करूगी भूआ मैनूं पता सीगा ਜਦੋਂ ਇਹੋ ਜਿਹੀਆਂ ਭਰਜਾਈਆਂ ਨੂੰ ਆਪਣੀ ਸੁਰਤ ਆਉਂਦੀ ਨਾ ਤੇ ਫਿਰ ਜੱਗ ਜਹਾਨ ਤੇ ਹੋਰ ਵੀ ਇਹੋ ਜਿਹੀਆਂ ਕਈ ਭਰਜਾਈਆਂ ਹੈਗੀਆਂ ਧੀਆਂ ਜੇ ਰੰਡੀਆਂ ਹੋ ਜਾਂਦੇ ਉਹਨਾਂ ਨੂੰ ਕਿਹੜਾ ਸ਼ੌਂਕ ਹੁੰਦਾ ਵਿਚਾਰਿਆਂ ਨੂੰ ਵੀ ਸਾਡਾ ਬੰਦਾ ਮਰ ਜੇ ਤੇ ਅਸੀਂ ਪੇਕੇ ਘਰੇ ਆ ਕੇ ਬਹਿ ਜੇ ਚਲ ਉਹਨਾਂ ਦੀ ਤਾਂ ਮਜਬੂਰੀ ਬਣੀ ਆਈ ਆ ਪਰ ਭਾਬੀਆਂ ਦਾ ਵੀ ਹੱਕ ਬਣਦਾ ਵੀ ਉਹਨਾਂ ਦਾ ਨਜਾਇਜ਼ ਫਾਇਦਾ ਥੋੜੀ ਚੱਕਣ ਵੀ ਉਹਨਾਂ ਨੂੰ ਇਹੋ ਜਿਹਾ ਕੁਛ ਸੁਣਾਉਣ ਦੇਖ ਜਦੋਂ ਮੈਂ ਆਪਦਾ ਹੱਕ ਮੰਨ ਲਿਆ ਤੇ ਉਦੋਂ ਨਾਲ ਦੀ ਨਾਲ ਮੇਰੇ ਭਰਾ ਵੀ ਮੇਰੇ ਬਣ ਗਏ ਤੇ ਭਰਜਾਈਆਂ ਵੀ ਮੇਰੇ ਬਣ ਗਏ ਜਦੋਂ ਮੇਰੇ ਕੋਲ ਜ਼ਮੀਨ ਹੈਗੀ ਆ ਮੈਂ ਤਾਂ ਕਿਤੇ ਵੀ ਵਿਆਹ ਕਰਾ ਕੇ ਰਹਿ ਸਕਦੀ ਆ ਕੀ ਹੋਣਾ ਭਾਬੀ ਕੀ ਰੌਲਾ ਜਿਹਾ ਪਾ ਰੱਖਿਆ ਸੀ ਵੇ ਰੌਲਾ ਕੀ ਪਾਉਣਾ ਹੁਣ ਇੱਥੇ ਮੇਰੇ ਪੇਕਿਓਂ ਆਏ ਸੀਗੇ ਮੇਰੇ ਭਤੀਜੇ ਇਹਨੂੰ ਲੈਣ ਇਹਨੂੰ ਤਾਂ ਕਹਿਣਾ ਇੱਥੇ ਜ਼ਮੀਨ ਦੇ ਮੂੰਹ ਨੂੰ ਆਏ ਸੀਗੇ ਆਖੇ ਕੁੜੀ ਅਸੀਂ ਲੈ ਕੇ ਜਾਂਦੇ ਹਾਂ ਤੇ ਨਿਕਲੇ ਤਾਂ ਨਾਉ ਅਸੀਂ ਜਿੱਥੇ ਮਰਜ਼ੀ ਵਿਆਹ ਦੀਏ ਮਖਾਂ ਮੇਰਾ ਦਿਓਰ ਬੈਠਾ ਗਾ ਤੇ ਬੁਰਛੇ ਵਰਗਾ ਕਿਸੇ ਦੇ ਕਿਉਂ ਬਿਠਾਉਣੀ ਆ ਦੇਖ ਭਾਬੀ ਮੈਨੂੰ ਵੀ ਪਤਾ ਵੀ ਤੂੰ ਕੋਈ ਇਹਦਾ ਮਾੜਾ ਤਾਂ ਸੋਚਿਆ ਨਹੀਂ ਹੋਣਾ ਜੋ ਵੀ ਸੋਚਿਆ ਚੰਗਾ ਹੀ ਸੋਚਿਆ ਨਾਲੇ ਮੈਂ ਤੈਨੂੰ ਕਦੇ ਆਪਦੀ ਭਾਬੀ ਨਹੀਂ ਸਮਝਿਆ ਮੈਂ ਤੈਨੂੰ ਆਪਦੀ ਮਾਂ ਸਮਾਨ ਸਮਝਿਆ ਕਿਉਂਕਿ ਵੱਡੀਆਂ ਭਾਬੀਆਂ ਮਾਮਾ ਸਮਾਨ ਨਹੀਂ ਹੁੰਦੀਆਂ ਨਹੀਂ ਆ ਤੇ ਇੱਕ ਗੱਲ ਮੈਂ ਤੇਰੇ ਨਾਲ ਵੀ ਕਰਨੀ ਸੀ ਗਗਨ ਵੀ ਮੈਂ ਕੋਈ ਤੈਨੂੰ ਤੇਰੇ ਜ਼ਮੀਨ ਦੇ ਲਾਲਚ ਨੂੰ ਨਹੀਂ ਮੈਂ ਤੈਨੂੰ ਕੋਈ ਹਾਂ ਕਰ ਰਿਹਾ ਵੀ ਮੈਂ ਛੇਤੀ ਹਾਂ ਕਰਤੀ ਬਸ ਮੇਨ ਮਕਸਦ ਮੇਰਾ ਇਹੀ ਆ ਵੀ ਤੂੰ ਵੀ ਆਪਦੀ ਜ਼ਿੰਦਗੀ 'ਚ ਬਹੁਤ ਦੁੱਖ ਦੇਖੇ ਨੇ ਹਨਾ ਅਤੇ ਬਾਕੀ ਤੁਸੀਂ ਭੂਆ ਭਤੀਜੇ ਆਪਸ 'ਚ ਦੁੱਖ ਸੁੱਖ ਕਰ ਲਿਆ ਕਰੋਗੇ ਹੋਰ ਮੈਂ ਕੀ ਚਾਹੁੰਦਾ ਬਾਕੀ ਮੈਨੂੰ ਪਤਾ ਵੀ ਭਾਬੀ ਮੇਰਾ ਨਾ ਤਾਂ ਮੇਰਾ ਮਾੜਾ ਕਰੇ ਨਾ ਤੇਰਾ ਮਾੜਾ ਸੋਚਦੀ ਆ ਹੁਣ ਫਿਰ ਐਂ ਕਰਦੀ ਹਾਂ ਕੱਲ੍ਹ ਨੂੰ ਆਪਾਂ ਗੁਰਦੁਆਰੇ ਤੁਹਾਡੇ ਆਨੰਦ ਦਵਾ ਦਾਂਗੇ ਇਹ ਤੋਂ ਬਾਅਦ ਜਾ ਕੇ ਇਹਨਾਂ ਦੀ ਹਿੱਕ 'ਤੇ ਦੀਵਾ ਬਾਲ ਕੇ ਆਉਣਾ ਤਿੰਨ ਕਿਲੇ ਲਿਆਉਣੇ ਨੇ ਜ਼ਮੀਨ ਦੇ ਵਾਪਸ ਠੀਕ ਆ ਜੋ ਭਾਬੀ ਤੂੰ ਕਹਿੰਦਾ ਸਿਰ ਮੱਥੇ ਆ ਕੋਈ ਨਾ ਭੂਆ ਜੀ ਜਿਵੇਂ ਤੁਸੀਂ ਕਹੋ ਬਸ ਠੀਕ ਆ ਜੀ ਚਲ ਮੈਂ ਦਾਲ ਪਾਣੀ ਦਾ ਕਰਦੀ ਆ ਜਾ ਕੇ ਤੁਸੀਂ ਗੱਲਾਂ ਕਰ ਲਓ ਦੋਨੇ ਦੇਖ ਲੈ ਤੂੰ ਕਹਿੰਦਾ ਹੁੰਦਾ ਸੀ ਨਾ ਭਾਬੀ ਮੇਰਾ ਵਿਆਹ ਕਰਾ ਦੇ ਵਿਆਹ ਕਰਾ ਦੇ ਦੇਖ ਲੈ ਕੁੜੀ ਤਾਂ ਘਰੇ ਹੀ ਬੈਠੀ ਸੀ ਤੇਰੇ ਕਰਮਾਂ ਨੂੰ ਹੈ ਬਸ ਬਾਬਾ ਖਸ਼ਾ ਹਣ ਤਾਂ ਹੁਣ ਭਾਬੀ ਦਾ ਕਹਿਣਾ ਨਹੀਂ ਮੋੜਨਾ ਹੈਗਾ ਬਸ ਜੋ ਭਾਬੀ ਤੂੰ ਕਹਿੰਦਾ ਠੀਕ ਆ ਮੈਂ ਮਰ ਜਾ ਹਾਂ ਉਹ ਚ ਕੱਟਾ ਖੁੱਲ ਗਿਆ ਬਨ ਕੇ ਆ ਚੰਗ ਦੇਖ ਲੈ ਕਿੱਡਾ ਸੋਹਣਾ ਰੱਬ ਨੇ ਸੁਣ ਲਿਆ ਹੇ ਦਾਤਿਆ ਜਿਹੋ ਜੀ ਸਾਡੀ ਸੀ ਨੇ ਕੁੱਲ ਦੀ ਸੁਣੀ ਅਤੇ ਧੀਆਂ ਰੱਬਾ ਜੇ ਦਿੰਦਾ ਉਹਨਾਂ ਦੇ ਚੰਗੇ ਲੇਖ ਲਿਖੀ ਕਿਵੇਂ ਉਹਨਾਂ ਤੋਂ ਸਰੀਕਣੀਆਂ ਤੁਸੀਂ ਗੋਲੇ ਧੰਦੇ ਕਰਦੀ ਉਹਨਾਂ ਦੇ ਦੋ ਰੋਟੀਆਂ ਬਦਲੇ ਗੋਹਾ ਕੂੜਾ ਸਿੱਟਦੀ ਇਹਨਾਂ ਦਾ ਹੈ ਹੁਣ ਮੈਂ ਨਹੀਂ ਗਗਨ ਨੂੰ ਦੁੱਖ ਦੇਖਣ ਦਿੰਦੀ ਮੈਂ ਆਪ ਬੇਸ਼ੱਕ ਔਖੀ ਹੋ ਜਾਂ ਘਰੇ ਇਹਨਾਂ ਨੂੰ ਦੋਹਾਂ ਨੂੰ ਸੁੱਖੀ ਰੱਖੂੰਗੀ ਹਾਂ ਗਗਨ ਪੁੱਤ ਲਿਆਈ ਪਾਣੀ ਦਾ ਗਲਾਸ ਆ ਜਾ ਅੱਜ ਛੇਤੀ ਸਤਿ ਸ਼੍ਰੀ ਅਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰਦੇ ਕਰ ਦਿਓ ਇੱਕ ਗੱਲ ਹੋਰ ਜੀ ਵੀਡੀਓ ਨੂੰ ਦੇਖਦੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ 'ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਜਿਹੜੀ ਨਾਲ ਵਾਲੀ ਬੈੱਲ ਹੈ ਉਹਨੂੰ ਵੀ ਜ਼ਰੂਰ ਦਬਾ ਲਿਓ ਤਾਂ ਹੀ ਸਾਡੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੂਗਾ ਬਾਕੀ ਸਾਨੂੰ ਸਟੋਰੀਆਂ ਦੀ ਵੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਜੇ ਵਧੀਆ ਤੁਹਾਡੇ ਕੋਲ ਸਟੋਰੀਆਂ ਹੁੰਦੀਆਂ ਸਾਨੂੰ ਉਹ ਵੀ ਸਟੋਰੀਆਂ ਦੇ ਕਰੋ ਵੀਡੀਓ ਬਣਾਉਣ ਦਾ ਇੱਕ ਇਹੀ ਮਕਸਦ ਸੀਗਾ ਵੀ ਅੱਜ ਕੱਲ੍ਹ ਨਾ ਇੱਕ ਉਹ ਕਹਿ ਦਿੰਦੇ ਹੁੰਦੇ ਆ ਵੀ ਕੁੜੀਆਂ ਆਈਆਂ ਹਿੱਸਾ ਮੁੰਡਾ ਕੇ ਬਾਗੀਆਂ ਇਹਨਾਂ ਦਾ ਵਿਆਹ ਕਰਤਾ ਸੀ ਉਹ ਕਾਰਨ ਨਹੀਂ ਕੋਈ ਜਾਣਨਾ ਚਾਹੁੰਦਾ ਹੈਗਾ ਜਾਂ ਕੋਈ ਦੱਸਣਾ ਵੀ ਨਹੀਂ ਚਾਹੁੰਦਾ ਵੀ ਕੁੜੀਆਂ ਨੇ ਹਿੱਸਾ ਵੰਡਾਇਆ ਕਿਉਂ ਹੈ ਜੇ ਉਹ ਕੁਝ ਗੱਲਾਂ ਐਂ ਵੀ ਹੁੰਦੀਆਂ ਨਾ ਵੀ ਪੇਕੇ ਮਾਵਾਂ ਨਾਲ ਹੀ ਹੁੰਦੇ ਆ ਪੇਕੇ ਭਰਾਵਾਂ ਨਾਲ ਵੀ ਹੁੰਦੇ ਆ ਭਰਾ ਵਰਤਨ ਭਰਜਾਈਆਂ ਵਰਤਨ ਜੇ ਕੋਈ ਸਮਝੇ ਤਾਂ ਬਾਕੀ ਸਾਡਾ ਮੈਸੇਜ ਦੇਣ ਦੀ ਇਹੀ ਸੀ ਕੋਸ਼ਿਸ਼ ਕੀਤੀ ਸੀ ਤੇ ਬਾਕੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ।